ਫਰੈਂਡਸ ਕਈ ਵਾਰ ਆਪਾਂ ਕੁਝ ਐਸੇ ਫੂਡਸ ਖਾਂਦੇ ਆ ਜਿਹਨੂੰ ਖਾ ਕੇ ਸਾਨੂੰ ਸੈਟੀਸਫੈਕਸ਼ਨ ਹੁੰਦੀ ਹੈ ਸਾਡੀ ਭੁੱਖ ਖਤਮ ਹੋ ਜਾਂਦੀ ਹੈ ਕੁਝ ਐਸੇ ਖਾਣੇ ਬਹੁਤ ਜ਼ਿਆਦਾ ਕੁਆਂਟੀਟੀ ਵਿੱਚ ਖਾਏ ਜਾਂਦੇ ਲੇਕਿਨ ਉਹਨਾਂ ਦੇ ਨਾਲ ਤੁਹਾਨੂੰ ਸੈਟੀਟੀ ਨਹੀਂ ਮਿਲਦੀ ਸੋ ਫਰੈਂਡਸ ਮੈਂ ਡਾਈਟੀਸ਼ਨ ਪੰਡਵੀ ਜੈਸਲ ਤੁਹਾਨੂੰ ਸੁਝਾਉਣ ਵਾਲੀਆਂ ਕੁਝ ਐਸੇ ਫੂਡਸ ਬਾਰੇ ਜਿਹੜੇ ਕਿ ਤੁਹਾਨੂੰ ਸੈਟੀਸਫੈਕਸ਼ਨ ਦੇਣਗੇ ਔਰ ਤੁਹਾਡੇ ਹੰਗਰ ਪੈਂਕਸ ਨੂੰ ਕੱਟ ਕਰਨ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਆ ਫਰੈਂਡਸ ਇੱਕ ਖਾਣਾ ਸਾਡੀ ਹੰਗਰ ਨੂੰ ਯਾਨੀ ਕਿ ਭੁੱਖ ਨੂੰ ਕਿਸ ਤਰ੍ਹਾਂ ਰਿਐਕਟ ਕਰਦਾ ਹੈ ਜਾਂ ਸਾਡੀ ਬਾਡੀ ਵਿੱਚ ਉਹਦਾ ਕੀ ਰਿਐਕਸ਼ਨ ਹੁੰਦਾ ਹੈ ਇਹ ਬਹੁਤ ਸਾਰੇ ਫੈਕਟਰਸ ਤੇ ਡਿਪੈਂਡ ਹੁੰਦਾ ਹੈ ਜੇ ਕੋਈ ਖਾਣਾ ਖਾ ਕੇ ਸਾਨੂੰ ਸੈਟੀਸਫੈਕਸ਼ਨ ਮਿਲਦੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਉਹਦਾ ਸਿਟਾਈਟੀ ਇੰਡੈਕਸ ਜਿਹੜਾ ਹੈਗਾ ਉਹ ਬਹੁਤ ਹਾਈ ਹੈ ਕੁਸੀਂ ਆਪਣੇ ਆਸ-ਪਾਸ ਦੇਖਿਆ ਹੋਵੇਗਾ ਕਿ ਜੋ ਸੈਟੀਸਫੈਕਸ਼ਨ ਤੁਹਾਨੂੰ ਇੱਕ ਕੇਕ ਦਾ ਪੀਸ ਦਿੰਦਾ ਹੈ ਉਹ ਸੈਟੀਸਫੈਕਸ਼ਨ ਤੁਹਾਨੂੰ ਇੱਕ ਖੀਰੇ ਤੋਂ ਨਹੀਂ ਮਿਲਦੀ ਸੋ ਖਾਣੇ ਦਾ ਵੋਲਿਊਮ ਕਿੰਨਾ ਹੈ ਉਹਦੇ ਵਿੱਚ ਪਾਣੀ ਕਿੰਨਾ ਹੈ ਉਹਦੇ ਵਿੱਚ ਫੈਟ ਕਿੰਨਾ ਹੈ ਉਹਦੇ ਵਿੱਚ ਪ੍ਰੋਟੀਨ ਕਿੰਨਾ ਹੈ ਔਰ ਉਹਦਾ ਕਿੰਨਾ ਵੋਲਿਊਮ ਹੈ ਇਹ ਸਾਰੀਆਂ ਚੀਜ਼ਾਂ ਡਿਟਰਮਨ ਕਰਦੀਆਂ ਕਿ ਉਹ ਖਾਣਾ ਤੁਹਾਡੇ ਹੰਗਰ ਨੂੰ ਔਰ ਤੁਹਾਡੀ ਸੈਟਾਇਟੀ ਨੂੰ ਕਿਵੇਂ ਅਫੈਕਟ ਕਰਦਾ ਹੈ ਜੇ ਤੁਸੀਂ ਕੁਝ ਐਸੇ ਫੂਡਸ ਬਾਰੇ ਜਾਣਨਾ ਚਾਹੁੰਦੇ ਹੋ ਜਿਹੜਾ ਖਾ ਕੇ ਤੁਹਾਡੀ એનર્ਜੀ ਜਿਹੜੀ ਹੈ ਲੈਵਲਸ ਜਿਹੜੇ ਵਧ ਜਾਣ ਔਰ ਤੁਹਾਡੀ ਹੰਗਰ ਨੂੰ ਘਟ ਕਰਕੇ ਉਹ ਤੁਹਾਡਾ ਸੈਟੀਟੀ ਲੈਵਲ ਵਧਾਵੇ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ ਸਬ ਤੋਂ ਪਹਿਲਾ ਆਪਾਂ ਗੱਲ ਕਰਾਂਗੇ ਬੋਇਲਡ ਪੋਟੈਟੋਸ ਬਾਰੇ ਤੁਸੀਂ ਸੋਚ ਰਹੇ ਹੋਗੇ ਕਿ weight loss ਵਾਸਤੇ ਪੋਟੈਟੋਸ ਫਰੈਂਡਸ ਮੈਂ ਗੱਲ ਕਰ ਰਹੀ ਹਾਂ ਬੋਇਲ ਪੋਟੈਟੋਸ ਬਾਰੇ ਜਿਹੜੇ ਕਿ ਤੁਸੀਂ ਐਜ਼ ਅ ਮੀਲ ਰਿਪਲੇਸਮੈਂਟ ਯੂਜ਼ ਕਰੋਗੇ ਤੁਸੀਂ ਆਲੂ ਚਾਟ ਖਾ ਸਕਦੇ ਹੋ ਆਲੂ ਪੀਨਟ ਚਾਟ ਖਾ ਸਕਦੇ ਹੋ ਸੋ ਇਹਦੇ ਨਾਲ ਤੁਹਾਨੂੰ ਸੈਟੀਟੀ ਮਿਲੇਗੀ ਬਹੁਤ ਦੇਰ ਤੱਕ ਤੁਹਾਡਾ ਜਿਹੜਾ ਪੇਟ ਹੈ ਉਹ ਭਰਿਆ ਰਹੇਗਾ ਤੁਹਾਨੂੰ ਸੈਟੀਟੀ ਮਿਲੇਗੀ ਸੋ ਫਰੈਂਡਸ ਤੁਸੀਂ ਬੋਇਲਡ ਪੋਟੈਟਰ ਨੂੰ ਐਜ਼ ਅ ਰਿਪਲੇਸਮੈਂਟ ਆਪਣੇ ਖਾਣੇ ਵਿੱਚ ਸ਼ਾਮਿਲ ਕਰੋ ਔਰ ਪਾਰਟਿਕੁਲਰਲੀ ਇਹ ਵੀਡੀਓ ਤੁਹਾਡੇ ਵਾਸਤੇ है जे तू तो बहुत ज्यादा भुख लगती है बहुत वोलोमिनस खाके तो हंगर पैंग खत्म होंगे इस तो आप गल करा होल एग्स बारे ਸਾਬੂ ਤੰਡਾ ਵਿਦ ਯੋਕ ਐਂਡ yellow ਜਿਹੜਾ ਤੁਸੀਂ ਆ ਆਮ ਤੌਰ ਤੇ ਅਸੀਂ ਇਹ ਤੁਹਾਨੂੰ ਸੁਝਾਅ ਦਿੰਨੇ ਆ ਕਿ ਤੁਸੀਂ ਉਹਨੂੰ ਡਿਸਕਾਰਡ ਕਰੋ ਲੇਕਿਨ ਜੇ ਤੁਹਾਨੂੰ ਹੰਗਰ ਪੈਂਕਸ ਹੁੰਦੀਆਂ ਤਾਂ ਤੁਸੀਂ ਦੋਈਆਂ ਤਿੰਨ ਐਗਸ ਹੋਲ ਐਗਸ ਤੁਸੀਂ ਖਾ ਸਕਦੇ ਹੋ ਵਿਦ ਯੈਲੋ ਯਾਨੀ ਕਿ ਯੋਕ ਪੋਰਸ਼ਨ ਐਂਡ ਆਲਸੋ ਦ ਵਾਈਟਸ ਇਥੇ ਨਾਲ ਤੁਹਾਨੂੰ ਸੈਟੀਟੀ ਰਹੇਗੀ ਲੇਕਿਨ ਆਪਾਂ ਸਾਰੀਆਂ ਚੀਜ਼ਾਂ ਨੂੰ ਇੱਕ ਪੂਰਾ ਫਰੇਮ ਬਣਾ ਕੇ ਚੱਲਣਾ ਹੈ ਕਿ ਇਹ ਚੀਜ਼ਾਂ ਤੁਹਾਡੇ ਬਾਕੀ ਦੇ ਪੈਰਾਮੀਟਰਸ ਜਿਵੇਂ ਕਿ ਕੋਲੇਸਟ੍ਰੋਲ ਜਾਂ ਤੁਹਾਡੇ 슈ਗਰ ਲੈਵਲਸ ਜਾਂ ਤੁਹਾਡੇ ਬਲੱਡ ਪ੍ਰੈਸ਼ਰ ਦੀਆਂ ਰੀਡਿੰਗਸ ਨੂੰ ਇਹ ਅਫੈਕਟ ਨਾ ਕਰੇ ਇਸ ਤੋਂ ਬਾਅਦ ਕੁਝ ਐਸੇ ਫੂਡਸ ਹੈਗੇ ਜਿਹੜੇ ਤੁਹਾਨੂੰ ਬਹੁਤ ਜ਼ਿਆਦਾ ਸੈਟੀਸਫੈਕਸ਼ਨ ਦਿੰਦੇ ਹੈ ਤੁਹਾਡਾ ਪੇਟ ਭਰ ਜਾਂਦਾ ਹੈ ਐਂਡ ਯੂ ਡੋਨਟ ਫੀਲ ਹੰਗਰੀ ਵੈਰੀ ਸੂਨ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਰੋਲ ਪਲੇ ਕਰ ਸਕਦਾ ਹੈ ਓਟਮੀਲ ਓਟਮੀਲ ਦੇ ਵਿੱਚ ਐਸੇ ਇੰਗਰੀਡੀਅੰਟਸ ਹੁੰਦੇ ਹੈ ਉਹਨਾਂ ਫਾਈਬਰ ਹੁੰਦਾ ਹੈ ਜਿਹੜਾ ਕਿ ਤੁਹਾਡੇ ਪੇਟ ਦੇ ਵਿੱਚ ਜਿਹੜਾ ਸਟਮਕ ਐਮਪਟਿੰਗ ਟਾਈਮ ਹੈ ਯਾਨੀ ਕਿ ਖਾਣਾ ਕਿੰਨੇ ਟਾਈਮ ਤੱਕ ਤੁਹਾਡੇ ਪੇਟ ਦੇ ਵਿੱਚ ਰਹਿੰਦਾ ਹੈ ਉਹਨੂੰ ਇਹ ਡਿਲੇ ਕਰਦਾ ਹੈ ਔਰ ਤੁਹਾਨੂੰ ਜ਼ਿਆਦਾ ਸੈਟੀਸਫੈਕਸ਼ਨ ਮਿਲਦੀ ਹੈ ਇਸ ਤੋਂ ਬਾਅਦ ਜਿੰਨ वैजटेबल है जो किसी प्रोटीन दे सोर्स नाल कर दौ बहुत एग्स अच्छा ले, सकते हो, ले सकते हो, पनीर लैसते हो चना या स्प्राउट सैलड लैसते हो सो प्रोटीन का और फाइबर का कॉम्बीनेशन इज वैरी गुड परटिकुलरलीनर वास्ते कोशिश करो अपने डिनर तो पंद्रह भी सूप और प्रोटीन लो एंड आई एम वेरी श्योर कि हंगर लैवल है एंड यू विल नॉट करेंट 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 need that much of food for your dinner. ਇਸ ਤੋਂ ਬਾਅਦ ਕੁਝ ਐਸੀਆਂ ਹਰਬਸ ਹੁੰਦੀਆਂ ਜਿਹੜੀਆਂ ਕਿ ਖਾਣੇ ਦੇ ਵਿੱਚ ਜੇ ਤੁਸੀਂ ਇਨਕਲੂਡ ਕਰਦੇ ਹੋ ਤਾਂ ਤੁਹਾਡੇ ਹੰਗਰ ਜਿਹੜੀ ਹੈ ਉਹ ਘਟ ਜਾਂਦੀ ਹੈ ਔਰ ਤੁਹਾਡਾ ਸੈਟੀਟੀ ਜਿਹੜਾ ਲੈਵਲਸ ਹੈਗੇ ਉਹ ਜਲਦੀ ਅਟੇਨ ਹੋ ਜਾਂਦੇ ਜਿਵੇਂ ਕਿ ਸਿਨਮਨ ਐਂਡ ਜੀਰਾ ਵਾਟਰ ਹੈ ਅਜਵਾਇਨ ਵਾਟਰ ਹੈ ਇਸ ਸਾਰੀਆਂ ਚੀਜ਼ਾਂ ਹੈਲਪ ਕਰਦੀਆਂ ਹਨ ਕਿ ਤੁਹਾਨੂੰ ਖਾਣੇ ਤੋਂ ਬਾਅਦ ਕਿੰਨੇ ਦੇਰ ਤੱਕ ਤੁਹਾਡਾ ਪੇਟ ਭਰਿਆ ਰਹਿੰਦਾ ਹੈ ਔਰ ਕਿੰਨੀ ਜਲਦੀ ਤੁਹਾਨੂੰ ਫੀਲਿੰਗ ਆਫ ਸੈਟੀਸਫੈਕਸ਼ਨ ਆਉਂਦੀ ਹੈ ਜਦੋਂ ਤੁਸੀਂ ਖਾਣਾ ਖਾਂਦੇ ਹੋ ਫਰੈਂਡਸ ਇਹ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਆਪਣੀ ਪੂਰੀ ਰੋਜ਼ਮਰਰਾ ਦੀ ਜ਼ਿੰਦਗੀ ਦੀ ਦੇ ਵਿੱਚ ਆਪਣੇ ਪਾਣੀ ਦੀ ਇਨਟੇਕ ਤੇ ਬਹੁਤ ਧਿਆਨ ਦਿਓ ਬਿਕੋਜ਼ ਜੇ ਤੁਸੀਂ ਬਹੁਤ ਘੱਟ ਪਾਣੀ ਪੀਂਦੇ ਹੋ ਤੁਹਾਡੀ ਬਾਡੀ ਡੀਹਾਈਡਰੇਟਡ ਤਾਂ ਹੁੰਦੀ ਹੈ ਲੇਕਿਨ ਤੁਹਾਨੂੰ ਹੰਗਰ ਜਿਹੜਾ ਹੈ ਉਹ बार-बार ਸਤਾਉਂਦਾ ਹੈ ਔਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਜਲਦੀ ਸੈਟਾਇਟੀ ਨਹੀਂ ਹੁੰਦੀ ਸੋ ਐਟਲੀਸਟ ਤੁਸੀਂ ਆਪਣੇ ਡਾਈਟ ਦੇ ਵਿੱਚ ਪ੍ਰੋਟੀਨ ਦੀ ਅਮਾਉਂਟ ਵਧਾਉਣ ਦੀ ਕੋਸ਼ਿਸ਼ ਕਰੋ ਜਿਹੜਾ ਕਿ ਤੁਹਾਨੂੰ ਜ਼ਿਆਦਾ ਸੈਟਾਇਟੀ ਦੇਗਾ ਤੁਸੀਂ ਵਾਟਰ ਇਨਟੇਕ ਵਧਾਓ ਔਰ ਫਾਈਬਰ ਜੇ ਤੁਸੀਂ ਬਹੁਤ ਜ਼ਿਆਦਾ ਵੈਜੀਟੇਬਲਸ ਖਾਂਦਾ ਤੁਹਾਡੇ ਕੋਲ ਸਮਾਂ ਨਹੀਂ ਹੈ ਤੁਸੀਂ ਕੋਸ਼ਿਸ਼ ਤਾਂ ਕਰੋ ਲੇਕਿਨ ਤੁਸੀਂ चम्मच इसब गोल्द अपने डाइट में शामिल करो बिकॉज ए ना सिर्फ थोड़ा फाइबर मिलेगा बट थानू जो हंगर है वो घट जाएगा और औरटाइटी लैवल है वह जाएगा सो फ्रेंड्स दिस इज पल्लवी जैसल नाउ साइनिंग ऑफ एट डिली मेट अगैन स्टेबले एंड लिव लाइफ मोर